ਅੰਮ੍ਰਿਤਸਰ ਵਿੱਚ ਪਿਛਲੇ ਦਿਨ 194 ਕਿਲੋ ਦੇ ਕਰੀਬ ਹੈਰੋਇਨ ਫੜਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ ਅਤੇ ਬੀਤੀ ਰਾਤ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਮ ਗਾਰਡਨ ਵਿਹਾਰ ਬਾਈਪਾਸ ਇਲਾਕੇ ਵਿੱਚ ਕੁਝ ਲੋਕ ਨਸ਼ਾ ਵੇਚਣ ਦਾ ਧੰਦਾ ਕਰਦੇ ਨੇ। ਹਰਤੇਜ ਅਤੇ ਗੰਜਾ ਜੰਡਿਆਲੇ ਵਾਲਾ ਆਪਣੇ ਕੁਝ ਸਾਥੀਆਂ ਨਾਲ ਇੱਥੇ ਹੈਰੋਇਨ ਵੇਚਦੇ ਨੇ। ਉਹਨਾਂ ਇੱਥੇ ਕੋਠੀ ਕਿਰਾਏ 'ਤੇ ਲਈ ਹੋਈ ਹੈ। ਜਦੋਂ ਪੁਲਿਸ ਟੀਮ ਨੇ ਇੱਥੇ ਰੇਡ ਕੀਤੀ ਤਾਂ ਹਰਤੇਜ ਅਤੇ ਗੰਜੇ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਫਰਾਰ ਹੋ ਗਏ। ਪੁਲਿਸ ਨੇ ਇੱਥੇ ਉਹਨਾਂ ਦੇ ਕੁਝ ਸਾਥੀਆਂ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰ ਦਿੱਤਾ ਅਤੇ ਇਹਨਾਂ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਵੀ ਕੀਤੀ ਗਈ ਹੈ। ਫੜੇ ਗਏ ਤਿੰਨ ਆਰੋਪੀ ਗੁਰਪ੍ਰੀਤ, ਸਾਜਨਾ ਅਤੇ ਪਾਰਸ ਨੇ। ਇਹਨਾਂ ਦੇ ਦੋ ਸਾਥੀ ਗੰਜਾ ਅਤੇ ਹਰਤੇਜ ਭੱਜਣ ਵਿੱਚ ਕਾਮਯਾਬ ਹੋ ਗਏ। ਇਹਨਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਪੁਲਿਸ ਵੱਲੋਂ ਜਲਦ ਹੀ ਇਹਨਾਂ ਨੂੰ ਕਾਬੂ ਕੀਤਾ ਜਾਵੇਗਾ। ਐਂਟੀ ਨਰਕੋਟਿਕ ਸੈੱਲ ਦੇ ਕੋਲ ਇਨਫੋਰਮੇਸ਼ਨ ਸੀ ਕਿ ਪਾਲਮ ਗਾਰਡਨ ਕਲੋਨੀ ਹੈ ਬਾਈਪਾਸ ਦੇ ਉੱਤੇ, ਉੱਥੇ ਹਰਭੇਜ ਸਨ ਏਰੀਅਸ ਜਵੇਦ ਅਤੇ ਗੰਜਾ, ਜਿਹੜਾ ਗੰਜਾ ਜੰਡਿਆਲੇ ਦਾ ਅਤੇ ਇਹਦੇ ਨਾਲ ਦੋ ਤਿੰਨ ਬੰਦੇ ਹੋਰ ਨੇ, ਇੱਥੇ ਹੈਰੋਇਨ ਦਾ ਧੰਦਾ ਕਰਦੇ ਆ। ਇਸ ਸੰਬੰਧ ਵਿੱਚ ਇਹਨਾਂ ਨੇ ਰੇਡ ਕੀਤਾ ਸੀ। ਜਦੋਂ ਇਹਨਾਂ ਨੇ ਰੇਡ ਕੀਤਾ ਤਾਂ ਅੱਗੋਂ ਜਵੇਦ ਅਤੇ ਗੰਜਾ ਨੇ ਫਾਇਰਿੰਗ ਕੀਤੀ। ਫਾਇਰਿੰਗ ਕਰਕੇ ਕੋਠੀ ਦੇ ਪਿਛਲੇ ਪਾਸੇ ਦੀ ਉਹ ਛਾਲਾ ਮਾਰ ਕੇ ਅਤੇ ਦੌੜ ਗਏ ਅਤੇ ਦੂਸਰੇ ਤਿੰਨ ਬੰਦੇ ਜਿਹੜੇ ਉਹਨਾਂ ਨੇ ਰਾਊਂਡ ਅਪ ਕੀਤੇ ਆ ਅਤੇ ਉਹਨਾਂ ਦੇ ਕੋਲੋਂ ਹੈਰੋਇਨ ਦੀ ਰਿਕਵਰੀ ਵੀ ਕੀਤੀ ਹੈ। ਜਿਹੜੇ ਬੰਦੇ ਰਾਊਂਡ ਅਪ ਕੀਤੇ ਉਹਨਾਂ ਦਾ ਨਾਂ ਹੈਗਾ ਗੁਰਪ੍ਰੀਤ, ਸਾਜਨ ਅਤੇ ਪਾਰਸ। ਕਿੰਨੀ ਹੈਰੋਇਨ? ਅੱਧਾ ਕਿਲੋ ਇਹਨਾਂ ਦੇ ਕੋਲੋਂ ਜਿਹੜੀ ਰਿਕਵਰੀ ਹੋਈ ਹੈ। ਕੋਈ 4-5 ਗੋਲੀਆਂ ਉਹਨਾਂ ਨੇ ਚਲਾਈਆਂ ਨੇ ਅੱਗੋਂ। ਪੁਲਿਸ ਵੱਲੋਂ 2 ਫਾਇਰ ਹੋਏ ਸੀਗੇ, ਹਵਾਈ ਫਾਇਰ ਕੀਤੇ ਸੀ। 194 ਕਿਲੋ ਹੈਰੋਇਨ ਦਾ ਮਾਮਲਾ, ਉਹਦੇ ਵਿੱਚ ਨਹੀਂ, ਉਹਦੇ ਨਾਲ ਇਹ ਰਿਲੇਟਡ ਮਸਲਾ ਨਹੀਂ, ਇਹ ਵੱਖਰਾ ਹੈ ਜੀ। ਸਰ ਕਿਸੇ ਨੂੰ ਗੋਲੀ ਲੱਗੀ ਹੈ ਜੀ ਜਾਂ ਨਹੀਂ? ਅਜੇ ਤੱਕ ਵਾਲੇ ਨੂੰ ਜਾਂ ਪੁਲਿਸ ਵਾਲੇ ਦੇ ਕਿਸੇ ਦੇ ਗੋਲੀ ਨਹੀਂ ਹੈ ਜੀ ਲੱਗੀ, ਹੋਰ ਕੋਈ ਖਬਰ ਨਹੀਂ ਹੈ। ਜਿਹੜੇ ਫੜੇ ਇਹਨਾਂ ਚੋਂ ਨਹੀਂ ਕਿਸੇ ਦੇ ਗੋਲੀ ਇਹਨਾਂ ਦੇ ਨਹੀਂ ਲੱਗੀ। ਕੀ ਮਾਮਲਾ ਦਰਜ ਕੀਤਾ ਗਿਆ? ਮਾਮਲਾ ਅੰਡਰ ਸੈਕਸ਼ਨ 2285 ਅਤੇ 307 IPC। ਜਿਸ ਕੋਠੀ 'ਚ ਰੇਡ ਕੀਤੀ ਗਈ ਸੀ ਕਿ ਕਿਰਾਏ 'ਤੇ ਸੀ? ਇਹ ਕਿਰਾਏ 'ਤੇ ਲੈ ਕੇ ਰਹਿ ਰਹੇ ਸੀ ਗੁਰਪ੍ਰੀਤ ਜਿਹੜਾ ਹੈਗਾ ਮਨੀ, ਇਹਨੇ ਕੋਈ 2.5-3 ਮਹੀਨਿਆਂ ਤੋਂ ਪਿਛਲਿਆਂ ਤੋਂ ਨਵੇਂ ਕੋਠੀ ਕਿਰਾਏ 'ਤੇ ਲਈ ਹੋਈ ਸੀ ਅਤੇ ਇੱਥੇ ਰਹਿ ਰਿਹਾ ਸੀਗਾ। ਕਿੰਨੀ ਦੇਰ ਤੋਂ ਅੰਦਰ ਰੱਖਦੇ? ਹਾਂਜੀ, ਕਿੰਨੀ ਦੇਰ ਤੋਂ ਕਰਦੇ ਪਏ ਸੀ ਹੀਰੋਇਨ ਦਾ? ਇਹ ਅਜੇ ਪੁੱਛਗਿੱਛ ਕਰ ਰਹੇ ਹਾਂ ਜੀ, ਪੁੱਛਗਿੱਛ ਕਰਨ ਤੋਂ ਫਿਰ ਬਾਅਦ 'ਚ ਜੋ ਡਿਟੇਲ ਹੋਊਗੀ ਤਾਂ ਅਗਲਾ ਸ਼ੇਅਰ ਕਰਾਂਗਾ। ਫਰਾਰ ਹੋਇਆ? ਦੋ ਜਾਣੇ ਭੱਜੇ ਆ ਜੀ, 3 ਜਾਣੇ ਜਿਹੜੇ ਉਹ ਰਾਊਂਡ ਅਪ ਹੋਏ ਆ। ਜਿਹੜਾ ਗੰਜਾ ਜੰਡਿਆਲਾ ਇਹ ਮੇਨ ਅਕਿਊਜ਼ ਇਹ ਹੀ ਹੈ ਜੀ? ਹਾਂਜੀ, ਗੰਜਾ ਅਤੇ ਜਾਵੇਦ ਜਿਹੜੇ ਮੇਨ ਇਹ ਨੇ। ਜਾਵੇਦ ਆਲਰੇਡੀ ਇਹ ਹਿਸਟਰੀ ਸ਼ੀਟਰ ਆ ਭਾਈ, ਇੱਧਰ ਆ। ਨਹੀਂ, ਇਹ ਅਜੇ ਪੜਤਾਲ ਕਰਨੀ ਹੈ ਜੀ, ਰਿਕਾਰਡ ਬਾਰੇ ਪਤਾ ਕਰਾਂਗੇ। ਪਰਚੇ ਇਹਨਾਂ ਦੇ ਪਤਾ ਆ ਵੀ ਹੈਗੇ ਆ। ਮਨੀ ਦੇ ਵੀ ਪਹਿਲਾਂ ਦਾ ਕੋਈ ਪਰਚਾ ਹੈਗਾ? ਮਨੀ ਦੇ ਵੀ ਪਰਚਾ ਹੈਗਾ ਜੀ, ਤੇ ਬਾਕੀ ਜਿਹੜੇ 2 ਨਾਲ ਮਨੀ ਦੇ ਉਹਨਾਂ ਦਾ ਜੀ ਵੈਰੀਫਾਈ ਕਰ ਰਹੇ ਹਾਂ ਜੀ, ਵੈਰੀਫਾਈ ਕਰ ਰਹੇ ਹਾਂ, ਰਿਕਾਰਡ ਉਹਨਾਂ ਥਾਣੇ ਤੋਂ ਲਵਾਂਗੇ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।